ਉਹਦੇ ਤਿਆਰ ਹੈ। ਕੱਲ੍ਹ ਅਸੀਂ ਸਾਰੇ ਇਕੱਠੇ ਹੋ ਕੇ ਉੱਥੇ ਗਏ ਸੀ ਔਰ ਜਿਹੜਾ ਡਿਪਟੀ ਕਮਿਸ਼ਨਰ ਦਾ ਐਟੀਟਿਊਡ ਸੀ ਉਹ ਬੜਾ ਸ਼ਰਮਨਾਕ ਔਰ ਬਹੁਤ ਘਟੀਆ ਸੀ। ਪਹਿਲੀ ਗੱਲ ਤਾਂ ਤੁਸੀਂ ਜੇ ਗਾਈਡਲਾਈਨਸ ਜਾਓਗੇ ਜਿਹੜੀਆਂ ਗਵਰਨਮੈਂਟ ਆਫ ਇੰਡੀਆ ਦੀਆਂ ਜਾਂ ਪੰਜਾਬ ਗਵਰਨਮੈਂਟ ਦੀਆਂ ਨੇ, ਮੈਂਬਰ ਪਾਰਲੀਮੈਂਟ ਇੱਕ ਹੀ ਨਾ ਵਰਤਿਆ ਹੁੰਦਾ ਉਹਦੇ ਵਿੱਚ ਪ੍ਰੋਟੋਕੋਲ 'ਚ, ਔਰ ਚੀਫ ਸੈਕਟਰੀ ਜਿਹੜਾ ਉਹ 23 ਨੰਬਰ 'ਤੇ ਆਉਂਦਾ ਸਟੇਟਾਂ ਦੇ, ਅਤੇ ਜਿਹੜਾ ਡੀ ਸੀ ਉਹ ਪਤਾ ਨਹੀਂ ਕਿੱਥੇ ਆਉਂਦਾ। ਜਿਸ ਵੇਲੇ ਦਿਸ਼ਾ ਕਮੇਟੀ ਦੀ ਮੀਟਿੰਗ ਹੁੰਦੀ ਆ ਜਾਂ ਜਦੋਂ ਡੀ ਸੀ ਜਦੋਂ ਆਉਂਦਾ, ਡੀ ਸੀ ਜਿਹੜਾ ਉਹਦੇ ਵਿੱਚ ਗਾਈਡਲਾਈਨ ਨੰਬਰ ਜਿਹੜੀ 2 ਆ, ਟੇਬਲ 2 ਆ, ਉਹਦੇ ਵਿੱਚ ਇਹ ਲਿਖਿਆ ਗਿਆ ਕਿ ਜਿਸ ਵੇਲੇ ਮੈਂਬਰ ਪਾਰਲੀਮੈਂਟ ਆਏਗਾ ਡੀ ਸੀ, ਮੈਂ ਉਹਨੂੰ ਵੀ ਛੱਡਿਆ ਕਿ ਜਾਂ ਛੱਡੋ ਕੋਈ ਗੱਲ ਨਹੀਂ, ਦਿਸ਼ਾ ਕਮੇਟੀ ਦੀ ਮੀਟਿੰਗ ਤੁਸੀਂ ਵੇਖਿਆ ਹੋਣਾ, ਦਿਸ਼ਾ ਕਮੇਟੀ ਦੀ ਮੀਟਿੰਗ ਆਉਂਦੀ ਹੈ, ਡੀ ਸੀ ਦਾ ਪ੍ਰੋਟੋਕੋਲ ਦੇ ਮੁਤਾਬਕ ਡੀ ਸੀ ਬਾਹਰ ਰਿਸੀਵ ਕਰਨ ਲਈ ਆਉਂਦਾ, ਚੇਅਰਮੈਨ ਦਿਸ਼ਾ ਕਮੇਟੀ ਨੂੰ ਉੱਥੇ ਨੇ ਪ੍ਰੋਟੋਕੋਲ ਭੰਗ ਕੀਤਾ, ਨਾ ਇਹ ਮੈਨੂੰ ਰਿਸੀਵ ਕਰਨ ਆਇਆ ਨਾ ਮੈਨੂੰ ਸੀ ਆਫ ਕਰਨ ਆਇਆ, ਮੈਂ ਉਹਨੂੰ ਇਗਨੋਰ ਕੀਤਾ ਕਿ ਕੋਈ ਗੱਲ ਨਹੀਂ ਮੈਨੂੰ ਮੀਟਿੰਗ ਕਰਨੀ ਹੈ। ਕੱਲ੍ਹ ਜੋ ਇਹਨੇ ਕੀਤਾ ਇਹਦੇ ਕੋਲ ਟਾਈਮ ਬਰਿੰਦਰ ਪਾੜਾ ਨੇ ਕਿਹਾ ਅਤੇ ਅਸੀਂ 12 ਵਜੇ ਤੁਹਾਡੇ ਆਫਿਸ 'ਚ ਸੁਖਜਿੰਦਰ ਸਿੰਘ ਰੰਧਾਵਾ, ਉਹ ਪ੍ਰਤਾਪ ਬਾਜਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਬਰਿੰਦਰ ਸਿੰਘ ਪਾੜਾ ਵਾਂਗੇ। ਡੀ ਸੀ ਪਹੁੰਚਿਆ ਨਹੀਂ, ਅਸੀਂ ਏ ਡੀ ਸੀ ਕੋਲ ਜਾ ਕੇ ਬੈਠੇ ਹਾਂ, ਏ ਡੀ ਸੀ ਨੇ ਟੈਲੀਫੋਨ ਕੀਤਾ ਕਿ ਜੀ ਇਹ ਕੋਲ ਬੈਠਿਆ ਅਤੇ 20-25 ਮਿੰਟ ਬਾਅਦ ਆਇਆ, ਇਹਦੇ 'ਚ ਇਹਨੇ ਤੋਹੀਨ ਕੀਤੀ ਸਾਡੀ ਸਾਰਿਆਂ ਦੀ। ਅਸੀਂ ਪਰਸੋਂ ਇਸੇ ਡੀ ਸੀ ਨੂੰ ਮੈਂ ਅਤੇ ਪ੍ਰਤਾਪ ਬਾਜਵੇ ਨੇ 2-2 ਵਾਰੀ ਟੈਲੀਫੋਨ ਕੀਤੇ ਕਿ ਐਕਸੀਡੈਂਟ ਹੋ ਗਿਆ, ਜਿਹੜਾ ਕੱਲ੍ਹ ਬੱਸ ਐਕਸੀਡੈਂਟ ਹੋਇਆ ਪਰਸੋਂ ਕਾਦੀਆਂ ਰੋਡ 'ਤੇ, ਅਸੀਂ ਉਹਦੇ ਲਈ ਕੀਤਾ ਕਿ ਡੀ ਸੀ ਸਾਹਿਬ ਇਹਨਾਂ ਦੇ ਇਲਾਜ ਦਾ ਕੀ ਇੰਤਜ਼ਾਮ ਕਰ ਰਹੇ ਹੋ। ਸਿਵਲ ਹਸਪੀਟਲ 'ਚ ਉੱਥੇ ਸਿਵਲ ਸਰਜਨ ਬੈਠਾ, ਉੱਥੇ SMO ਬੈਠਾ, ਉੱਥੇ ਸਾਰੀ ਪ੍ਰੈਸ ਬੈਠੀ ਹੈ, ਮੇਰੇ ਖਿਆਲ ਤੁਸੀਂ ਵੀ ਸੀਗੇ, ਤੁਹਾਡੇ ਸਾਹਮਣੇ ਕੀਤਾ ਡੀ ਸੀ ਨੂੰ ਅਸੀਂ ਟੈਲੀਫੋਨ, ਉੱਥੇ ਅਸੀਂ ਇਹਨਾਂ ਟੈਲੀਫੋਨ, ਡੀ ਸੀ ਨੇ ਸਾਡੇ ਦੋਨਾਂ ਦਾ ਟੈਲੀਫੋਨ ਚੁੱਕਣ ਦੀ ਜਹਿਮਤ ਨਹੀਂ ਕੀਤੀ, ਇਹਨੇ ਕੀਤਾ ਹੀ ਨਹੀਂ। ਉਹਦੇ ਬਾਅਦ ਚੀਫ ਸੈਕਟਰੀ ਸਾਹਿਬ ਨੂੰ ਕੀਤਾ, ਉਹਨਾਂ ਦਾ ਧੰਨਵਾਦ, ਉਹਨਾਂ ਟੈਲੀਫੋਨ ਚੁੱਕਿਆ, ਉਹਨਾਂ ਨੇ ਕਿਹਾ ਕਿ ਮੈਂ ਹੁਣੇ ਆਰਡਰ ਪਾਸ ਕਰ ਲੱਗਾ ਅਤੇ ਉਹਨਾਂ ਨੂੰ ਪੇਸ਼ੈਂਟ ਜਿਹੜੇ ਨੇ ਇਮੀਡੀਏਟਲੀ ਕੀਤਾ, ਉਹਨਾਂ ਦਾ ਥੈਂਕਸ ਕਰਦੇ ਹਾਂ। ਉਹਦੇ ਬਾਅਦ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਪ੍ਰੈਸ ਦੇ ਸਾਹਮਣੇ ਉਹਨਾਂ ਨੂੰ ਹੈਲਥ ਮਿਨਿਸਟਰ ਸਾਹਿਬ ਨੂੰ ਕੀਤਾ, ਉਹਨਾਂ ਦੇ 2 ਮਿੰਟ ਬਾਅਦ ਹੀ ਉਹਨਾਂ ਰਿਪੀਟ ਕਹਿੰਦੇ ਲਓ ਜੀ ਗੱਲ ਕਰੋ, ਉਹਨਾਂ ਨਾਲ ਗੱਲ ਹੋਈ, ਉਹਨਾਂ ਸਾਰੇ ਹੀ ਉਹ ਚੀਜ਼ ਕੀਤੀ। ਪਰ ਇਸ ਡੀ ਸੀ ਨੇ ਜਿੱਥੇ ਐਕਸੀਡੈਂਟ ਹੋਇਆ ਇਹ ਡੀ ਸੀ ਨੇ ਨਹੀਂ ਕੀਤਾ ਕਿ ਮੈਂ ਇਹ ਕੈਂਪੀ ਅਤੇ ਇੱਕ LOP ਉਹਨੂੰ ਕਰ, ਇੱਕ ਵਾਰੀ ਨਹੀਂ ਹੋਇਆ, ਇਹਨੇ ਕਈ ਵਾਰੀ ਸਾਡੇ ਟੈਲੀਫੋਨ ਪਰਸੋਂ ਕੀਤਾ, ਪਰਸੋਂ ਨਹੀਂ ਚੁੱਕਿਆ। ਮੈਂ ਕੱਲ੍ਹ ਕਿਹਾ ਮੈਂ ਡੀ ਸੀ ਸਾਹਿਬ ਤੁਸੀਂ ਟੈਲੀਫੋਨ ਚੁੱਕਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਇੰਨੀ ਕਿਹੜੀ ਗੱਲ, ਉੱਥੇ ਗੱਲ ਚੱਲ ਪਈ ਕਿ ਜੀ ਨਹੀਂ ਜੀ ਅਸੀਂ ਠੀਕ ਕਰ ਰਹੇ, ਮੈਂ ਜੀ ਇਹਦਾ ਮਤਲਬ ਤੁਸੀਂ ਇਨਸਾਫ ਨਹੀਂ ਦੇਣਾ, ਮੂੰਹ ਵੱਲ ਵੇਖੀ ਜਾ ਮੈਂ ਫਿਰ ਜਾਈਏ, ਕਹਿੰਦਾ ਜਾਓ ਜੀ ਮੈਂ ਵੀ ਸਰਕਾਰੀ ਕੰਮ ਕਰਨੇ, ਯਾਰ ਇਹ ਹੁੰਦਾ ਇਹ ਦਾ ਐਟੀਟਿਊਡ, ਉਹ ਕਹਿੰਦਾ ਜੀ ਤੁਹਾਡਾ ਦਫ਼ਤਰ ਆ। ਇਹ ਮੈਂ ਸਪੀਕਰ ਲੋਕ ਸਭਾ ਦੇ ਕੋਲ ਇਹਦੀ ਕੰਪਲੇਂਟ ਪਾਈ ਆ ਔਰ ਉੱਥੇ ਮੈਂ ਹੁਣ ਆਪ ਦੇਣ ਜਾ ਰਿਹਾ ਸਪੀਕਰ ਸਾਹਿਬ ਨੂੰ।